ਇਹ ਅੰਮ੍ਰਿਤਪਾਲ ਸਿੰਘ ਹੈ ਜੀ, ਮੌੜ ਮੰਡੀ ਤੋਂ। ਇਹ ਜਿਹੜਾ ਹੈਗਾ ਨਿੱਕੀ ਕੌਰ ਸੀਗੀ, ਲੇਡੀ ਸੀ, ਉਹਦੇ ਹਸਬੈਂਡ ਦੇ ਨਾਂ 'ਤੇ ਇੱਕ ਮੋਟਰ ਦਾ ਕਨੈਕਸ਼ਨ ਨਿਕਲਿਆ ਸੀਗਾ 2013 ਦੇ ਵਿੱਚ ਭਰਿਆ ਸੀ ਇਹਨਾਂ ਨੇ ਉਹਦੇ ਲਈ। ਉਹ ਤੋਂ ਬਾਅਦ ਜਿਹੜੀ ਹੈਗੀ ਆ ਹਸਬੈਂਡ ਦੀ ਡੈਥ ਹੋਣ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਹੈਗਾ ਗਾਂ ਇਹਨਾਂ ਨੂੰ ਚਾਲੂ ਕਰਨ ਵਾਸਤੇ ਪੇਮੈਂਟ ਪਰ ਉਹਦੇ ਦਲਾਲੀ ਦੇ ਵਜੋਂ ਇਹਨੇ ਜਿਹੜਾ 80,000 ਰੁਪਇਆ ਉਹਨਾਂ ਤੋਂ ਮੰਗਿਆ ਸੀ ਜਿਹੜਾ ਮਹਿਕਮੇ ਨਾਲ ਸੈਟਿੰਗ ਕਰਕੇ। ਕਿਸ ਚੀਜ਼ ਦਾ ਮੰਗਦਾ ਸੀਗਾ ਇਹ ਕਨੈਕਸ਼ਨ ਜਿਹੜਾ ਹੈਗਾ ਉਹਨਾਂ ਨੇ 2013 'ਚ ਉਹਨਾਂ ਨੂੰ ਨਿਕਲਿਆ ਸੀ ਉਹਦਾ, ਹੁਣ ਉਹਨੇ ਜਿਹੜਾ ਹੈਗਾ ਚਾਲੂ ਕਰਨ ਵਾਸਤੇ ਜਿਹੜੀ ਸਾਰੀ ਫਾਰਮੈਲਿਟੀ ਪੂਰੀ ਕਰਨ ਵਾਸਤੇ ਮਹਿਕਮੇ ਦੇ ਕੁਛ ਅਧਿਕਾਰੀ ਨਾਲ ਰਲ ਕੇ ਜਿਹੜੇ ਹੈਗੇ ਆ ਉਹ ਪੇਮੈਂਟ ਜਿਹੜੀ 80,000 ਰੁਪਇਆ ਉੱਥੋਂ ਮੰਗੀ ਸੀ। 20,000 ਰੁਪਇਆ ਜਿਹੜਾ ਹੈਗਾ ਜਿਹੜੀ ਪਹਿਲੀ ਜਿਹੜੀ ਇੱਕ ਕਿਸ਼ਤ ਸੀ ਉਹ ਜਿਹੜਾ ਹੈਗਾ 20,000 ਰੁਪਏ ਪਹਿਲੀ ਕਿਸ਼ਤ ਲੈਂਦੇ ਰੰਗੇ ਹੱਥ ਫੜਿਆ ਇਹਨੂੰ। ਇਹ ਬੰਦਾ ਹੈ ਕੌਣ, ਇਹ ਮਹਿਕਮੇ ਦਾ ਬੰਦਾ ਹੈ ਜਾਂ? ਇਹ ਪ੍ਰਾਈਵੇਟ ਹੈ ਇਹ, ਪਰ ਬਿਜਲੀ ਦਾ ਕੰਮ ਕਰਦਾ ਸੀ ਪਰ ਅੰਦਰ ਇਹ ਜਿਹੜਾ ਹੈਗਾ ਬਿਜਲੀ ਬੋਰਡ ਦੇ ਕਰਮਚਾਰੀਆਂ ਨਾਲ ਰਲਿਆ ਰਲਿਆ ਹੋਇਆ, ਉਹਦੀ ਅਸੀਂ ਤਫਤੀਸ਼ ਕਰ ਰਹੇ ਹਾਂ। ਜਿਹਦਾ ਵੀ ਰੋਲ ਹੋਊਗਾ ਅੰਦਰੋਂ ਕਿਸੇ ਰੋਲ ਹੋਊ ਤਾਂ ਪ੍ਰੋਪਰ ਕਰੂਗਾ। ਕੋਈ ਪਹਿਲਾਂ ਵੀ ਕਿਸੇ ਮਾਮਲੇ ਦਾ ਹੈ ਕਿ ਵੈਸੇ ਹੀ? ਹਾਂਜੀ, ਤਫਤੀਸ਼ ਚੱਲ ਰਹੀ ਹੈਗੀ ਜੋ ਕਿ ਪਹਿਲਾਂ ਵੀ ਤੋਂ ਇਹ ਮੌੜ ਤੋਂ ਤਫਤੀਸ਼ ਕਰਾਂਗੇ ਜਾਂ ਜੋ ਵੀ ਇਹਨਾਂ ਦੇ ਨਾਲ ਹੋਰ ਵੀ ਕੋਈ ਜੁਰਮ ਰਲਿਆ ਉਹਨਾਂ ਦੀ। ਇਹ ਅੰਮ੍ਰਿਤਪਾਲ ਸਿੰਘ ਹੈ ਜੀ, ਮੌੜ ਮੰਡੀ ਤੋਂ। ਇਹ ਜਿਹੜਾ ਹੈਗਾ ਨਿੱਕੀ ਕੌਰ ਸੀਗੀ, ਲੇਡੀ ਸੀ, ਉਹਦੇ ਹਸਬੈਂਡ ਦੇ ਨਾਂ 'ਤੇ ਇੱਕ ਮੋਟਰ ਦਾ ਕਨੈਕਸ਼ਨ ਨਿਕਲਿਆ ਸੀਗਾ 2013 ਦੇ ਵਿੱਚ ਭਰਿਆ ਸੀ ਇਹਨਾਂ ਨੇ ਉਹਦੇ ਲਈ। ਉਹ ਤੋਂ ਬਾਅਦ ਜਿਹੜੀ ਹੈਗੀ ਆ ਹਸਬੈਂਡ ਦੀ ਡੈਥ ਹੋਣ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਹੈਗਾ ਗਾਂ ਇਹਨਾਂ ਨੂੰ ਚਾਲੂ ਕਰਨ ਵਾਸਤੇ ਪੇਮੈਂਟ ਪਰ ਉਹਦੇ ਦਲਾਲੀ ਦੇ ਵਜੋਂ ਇਹਨੇ ਜਿਹੜਾ 80,000 ਰੁਪਇਆ ਉਹਨਾਂ ਤੋਂ ਮੰਗਿਆ ਸੀ ਜਿਹੜਾ ਮਹਿਕਮੇ ਨਾਲ ਸੈਟਿੰਗ ਕਰਕੇ। ਕਿਸ ਚੀਜ਼ ਦਾ ਮੰਗਦਾ ਸੀਗਾ ਇਹ ਕਨੈਕਸ਼ਨ ਜਿਹੜਾ ਹੈਗਾ ਉਹਨਾਂ ਨੇ 2013 'ਚ ਉਹਨਾਂ ਨੂੰ ਨਿਕਲਿਆ ਸੀ ਉਹਦਾ, ਹੁਣ ਉਹਨੇ ਜਿਹੜਾ ਹੈਗਾ ਚਾਲੂ ਕਰਨ ਵਾਸਤੇ ਜਿਹੜੀ ਸਾਰੀ ਫਾਰਮੈਲਿਟੀ ਪੂਰੀ ਕਰਨ ਵਾਸਤੇ ਮਹਿਕਮੇ ਦੇ ਕੁਛ ਅਧਿਕਾਰੀ ਨਾਲ ਰਲ ਕੇ ਜਿਹੜੇ ਹੈਗੇ ਆ ਉਹ ਪੇਮੈਂਟ ਜਿਹੜੀ 80,000 ਰੁਪਇਆ ਉੱਥੋਂ ਮੰਗੀ ਸੀ। 20,000 ਰੁਪਇਆ ਜਿਹੜਾ ਹੈਗਾ ਜਿਹੜੀ ਪਹਿਲੀ ਜਿਹੜੀ ਇੱਕ ਕਿਸ਼ਤ ਸੀ ਉਹ ਜਿਹੜਾ ਹੈਗਾ 20,000 ਰੁਪਏ ਪਹਿਲੀ ਕਿਸ਼ਤ ਲੈਂਦੇ ਰੰਗੇ ਹੱਥ ਫੜਿਆ ਇਹਨੂੰ। ਇਹ ਬੰਦਾ ਹੈ ਕੌਣ, ਇਹ ਮਹਿਕਮੇ ਦਾ ਬੰਦਾ ਹੈ ਜਾਂ? ਇਹ ਪ੍ਰਾਈਵੇਟ ਹੈ ਇਹ, ਪਰ ਬਿਜਲੀ ਦਾ ਕੰਮ ਕਰਦਾ ਸੀ ਪਰ ਅੰਦਰ ਇਹ ਜਿਹੜਾ ਹੈਗਾ ਬਿਜਲੀ ਬੋਰਡ ਦੇ ਕਰਮਚਾਰੀਆਂ ਨਾਲ ਰਲਿਆ ਰਲਿਆ ਹੋਇਆ, ਉਹਦੀ ਅਸੀਂ ਤਫਤੀਸ਼ ਕਰ ਰਹੇ ਹਾਂ। ਜਿਹਦਾ ਵੀ ਰੋਲ ਹੋਊਗਾ ਅੰਦਰੋਂ ਕਿਸੇ ਰੋਲ ਹੋਊ ਤਾਂ ਪ੍ਰੋਪਰ ਕਰੂਗਾ। ਕੋਈ ਪਹਿਲਾਂ ਵੀ ਕਿਸੇ ਮਾਮਲੇ ਦਾ ਹੈ ਕਿ ਵੈਸੇ? ਹਾਂਜੀ, ਤਫਤੀਸ਼ ਚੱਲ ਰਹੀ ਹੈਗੀ ਜੋ ਕਿ ਪਹਿਲਾਂ ਵੀ ਤੋਂ ਇਹ ਮੌੜ ਤੋਂ ਤਫਤੀਸ਼ ਕਰਾਂਗੇ ਜਾਂ ਜੋ ਵੀ ਇਹਨਾਂ ਦੇ ਨਾਲ ਹੋਰ ਵੀ ਕੋਈ ਜੁਰਮ ਰਲਿਆ ਉਹਨਾਂ ਦੀ। ਇਹ ਅੰਮ੍ਰਿਤਪਾਲ ਸਿੰਘ ਹੈ ਜੀ, ਮੌੜ ਮੰਡੀ ਤੋਂ। ਇਹ ਜਿਹੜਾ ਹੈਗਾ ਨਿੱਕੀ ਕੌਰ ਸੀਗੀ, ਲੇਡੀ ਸੀ, ਉਹਦੇ ਹਸਬੈਂਡ ਦੇ ਨਾਂ 'ਤੇ ਇੱਕ ਮੋਟਰ ਦਾ ਕਨੈਕਸ਼ਨ ਨਿਕਲਿਆ ਸੀਗਾ 2013 ਦੇ ਵਿੱਚ ਭਰਿਆ ਸੀ ਇਹਨਾਂ ਨੇ ਉਹਦੇ ਲਈ। ਉਹ ਤੋਂ ਬਾਅਦ ਜਿਹੜੀ ਹੈਗੀ ਆ ਹਸਬੈਂਡ ਦੀ ਡੈਥ ਹੋਣ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਹੈਗਾ ਗਾਂ ਇਹਨਾਂ ਨੂੰ ਚਾਲੂ ਕਰਨ ਵਾਸਤੇ ਪੇਮੈਂਟ ਪਰ ਉਹਦੇ ਦਲਾਲੀ ਦੇ ਵਜੋਂ ਇਹਨੇ ਜਿਹੜਾ 80,000 ਰੁਪਇਆ ਉਹਨਾਂ ਤੋਂ ਮੰਗਿਆ ਸੀ ਜਿਹੜਾ ਮਹਿਕਮੇ ਨਾਲ ਸੈਟਿੰਗ ਕਰਕੇ। ਕਿਸ ਚੀਜ਼ ਦਾ ਮੰਗਦਾ ਸੀਗਾ ਇਹ ਕਨੈਕਸ਼ਨ ਜਿਹੜਾ ਹੈਗਾ ਉਹਨਾਂ ਨੇ 2013 'ਚ ਉਹਨਾਂ ਨੂੰ ਨਿਕਲਿਆ ਸੀ ਉਹਦਾ, ਹੁਣ ਉਹਨੇ ਜਿਹੜਾ ਹੈਗਾ ਚਾਲੂ ਕਰਨ ਵਾਸਤੇ ਜਿਹੜੀ ਸਾਰੀ ਫਾਰਮੈਲਿਟੀ ਪੂਰੀ ਕਰਨ ਵਾਸਤੇ ਮਹਿਕਮੇ ਦੇ ਕੁਛ ਅਧਿਕਾਰੀ ਨਾਲ ਰਲ ਕੇ ਜਿਹੜੇ ਹੈਗੇ ਆ ਉਹ ਪੇਮੈਂਟ ਜਿਹੜੀ 80,000 ਰੁਪਇਆ ਉੱਥੋਂ ਮੰਗੀ ਸੀ। 20,000 ਰੁਪਇਆ ਜਿਹੜਾ ਹੈਗਾ ਜਿਹੜੀ ਪਹਿਲੀ ਜਿਹੜੀ ਇੱਕ ਕਿਸ਼ਤ ਸੀ ਉਹ ਜਿਹੜਾ ਹੈਗਾ 20,000 ਰੁਪਏ ਪਹਿਲੀ ਕਿਸ਼ਤ ਲੈਂਦੇ ਰੰਗੇ ਹੱਥ ਫੜਿਆ ਇਹਨੂੰ। ਇਹ ਬੰਦਾ ਹੈ ਕੌਣ, ਇਹ ਮਹਿਕਮੇ ਦਾ ਬੰਦਾ ਹੈ ਜਾਂ? ਇਹ ਪ੍ਰਾਈਵੇਟ ਹੈ ਇਹ, ਪਰ ਬਿਜਲੀ ਦਾ ਕੰਮ ਕਰਦਾ ਸੀ ਪਰ ਅੰਦਰ ਇਹ ਜਿਹੜਾ ਹੈਗਾ ਬਿਜਲੀ ਬੋਰਡ ਦੇ ਕਰਮਚਾਰੀਆਂ ਨਾਲ ਰਲਿਆ ਰਲਿਆ ਹੋਇਆ, ਉਹਦੀ ਅਸੀਂ ਤਫਤੀਸ਼ ਕਰ ਰਹੇ ਹਾਂ। ਜਿਹਦਾ ਵੀ ਰੋਲ ਹੋਊਗਾ ਅੰਦਰੋਂ ਕਿਸੇ ਰੋਲ ਹੋਊ ਤਾਂ ਪ੍ਰੋਪਰ ਕਰੂਗਾ। ਕੋਈ ਪਹਿਲਾਂ ਵੀ ਕਿਸੇ ਮਾਮਲੇ ਦਾ ਹੈ ਕਿ ਵੈਸੇ? ਹਾਂਜੀ, ਤਫਤੀਸ਼ ਚੱਲ ਰਹੀ ਹੈਗੀ ਜੋ ਕਿ ਪਹਿਲਾਂ ਵੀ ਤੋਂ ਇਹ ਮੌੜ ਤੋਂ ਹੈਗੇ ਆ ਕੁੱਤੀਵਾਲ ਦੇ। ਹੁਣ ਇਹਦੇ ਖਿਲਾਫ ਜਿਹੜੀ ਕਾਰਵਾਈ,
ਇਹ ਇਹਨਾਂ 'ਤੇ ਐਫ ਆਈ ਆਰ ਦਰਜ ਹੋਈ ਹੈ ਅਤੇ ਅਸੀਂ ਜਿਹੜੇ ਹੈਗੇ ਆ ਇਹਨਾਂ ਨੇ ਗਾ ਤਫਤੀਸ਼ ਕਰਾਂਗੇ ਜਾਂ ਜੋ ਵੀ ਇਹਨਾਂ ਦੇ ਨਾਲ ਹੋਰ ਵੀ ਕੋਈ ਜੁਰਮ ਰਲਿਆ ਹੋਊਗਾ ਉਹਨਾਂ 'ਤੇ ਕਰੂੰਗੇ।